ਤੁਸੀਂ ਦੇਖ ਰਹੇ ਹੋ ਰਾਜਪੁਰਾ ਦੇ ਜਿਹੜਾ ਬਾਹਰਲਾ ਪਾਸਾ ਜਿਹੜਾ ਅੰਬਾਲੇ ਵਾਲੀ ਸਾਈਡ ਆ ਜਦੋਂ ਆਪਾਂ ਸ਼ਹਿਰ ਨਿਕਲ ਕੇ ਆਉਂਦੇ ਹਾਂ ਉਹਦੀਆਂ ਤਸਵੀਰਾਂ ਚੱਪੇ ਚੱਪੇ ਤੇ ਜਿਹੜੀ ਪੰਜਾਬ ਪੁਲਿਸ ਤਨਾਤ ਹੈਗੀ ਆ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਹਜੂਮ ਪਰ ਅਜੇ ਤੱਕ ਕਿਸਾਨਾਂ ਦੀਆਂ ਟਰਾਲੀਆਂ ਨੂੰ ਕਿਸਾਨਾਂ ਦੇ ਟਰੱਕਾਂ ਨੂੰ ਜਾਂ ਕਿਸਾਨ ਜਿਹੜਾ ਝੰਡਾ ਲੱਗਿਆ ਹੋਇਆ ਕਿਸੇ ਜਥੇਬੰਦੀ ਦਾ ਉਹਨਾਂ ਨੂੰ ਬਿਲਕੁਲ ਵੀ ਰੋਕਿਆ ਨਹੀਂ ਜਾ ਰਿਹਾ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰੋਡ ਦੇ ਉੱਪਰ ਤੁਸੀਂ ਵੇਖ ਰਹੇ ਹੋ ਆ ਸਕਾਰਪੀਓ ਜਿਹੜੀ ਹੈਗੀ ਆ ਝੰਡਾ ਲੱਗੀ ਨੂੰ ਬਿਲਕੁਲ ਵੀ ਅਜੇ ਤੱਕ ਰੋਕਿਆ ਨਹੀਂ ਜਾ ਰਿਹਾ ਦੂਜੇ ਤਰਫ ਹੀ ਜਿਹੜੀ ਹੈਗੀ ਆ ਪੁਲਿਸ ਤਨਾਤ ਪੰਜਾਬ ਪੁਲਿਸ ਕਰ ਦਿੱਤੀ ਗਈ ਹੈ ਤੇ ਇਹਦੇ ਨਾਲ ਹੀ ਤੁਸੀਂ ਵੇਖੋ ਲਾਲ ਝੰਡੇ ਲੱਗੇ ਜਿਹੜੀ ਕਿਸਾਨਾਂ ਦੀ ਕਟਰਾਲੀ ਦਿੱਲੀ ਧਰਨੇ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਆ ਉਹਨੂੰ ਬਿਲਕੁਲ ਵੀ ਪੁਲਿਸ ਜਿਹੜੀ ਆ ਇੱਕ ਕਿਸਮ ਦੀ ਸਕਾਊਟ ਕਰਦੀ ਨਜ਼ਰ ਆ ਰਹੀ ਆ ਬਿਲਕੁਲ ਵੀ ਤੇ ਜਿਹੜੀ ਲੋਕਲ ਟ੍ਰੈਫਿਕ ਆ ਉਹਨੂੰ ਜ਼ਰੂਰ ਜਿਹੜੀ ਪ੍ਰੋਬਲਮ ਹੈ ਉਹਨੂੰ ਬਲੌਕ ਕਰ ਦਿੱਤਾ ਗਿਆ ਹੈ ਆਮ ਸਧਾਰਨ ਲੋਕਾਂ ਦੀਆਂ ਕਾਰਾਂ ਜਾਂ ਜਿਹੜੇ ਮਾਲ ਢੋਣ ਵਾਲੇ ਟਰੱਕ ਨੇ ਉਹ ਬਿਲਕੁਲ ਜਿਹੜੇ ਰੋਕ ਦਿੱਤੇ ਗਏ ਨੇ ਤੁਸੀਂ ਵੇਖ ਸਕਦੇ ਹੋ ਇਹ ਟਰਾਲੀਆਂ ਦਿੱਲੀ ਵੱਲ ਵੱਧਦੀਆਂ ਹੋਈਆਂ ਜਾ ਰਹੀਆਂ ਨੇ ਤੇ ਨਿਰਵਿਘਨ ਪੰਜਾਬ ਸਰਕਾਰ ਪੂਰਨ ਤੌਰ ਦੇ ਉੱਤੇ ਕਿਸਾਨਾਂ ਦੀ ਪਿੱਠ ਦੇ ਉੱਤੇ ਖੜੀ ਨਜ਼ਰ ਆ ਰਹੀ ਆ ਤੇ ਪੰਜਾਬ ਪੁਲਿਸ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਿਸੇ ਵੱਡੇ ਰਾਜਸੀ ਲੋਕਾਂ ਨੂੰ ਸਕਾਊਟ ਕਰਦੀ ਹੋਵੇ ਬਿਲਕੁਲ ਉਹਨਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਰੋਡ ਦੇ ਉੱਤੇ ਜਿਹੜਾ ਸਾਰਾ ਤੁਸੀਂ ਵੇਖ ਰਹੇ ਹੋ ਰਾਜਪੁਰਾ ਜਿਹੜਾ ਬਾਹਰਲੇ ਪਾਸੇ ਗੰਦਾ ਨਾਲਾ ਲੱਗਦਾ ਉੱਥੇ ਦੀਆਂ ਤਸਵੀਰਾਂ ਇਹ ਬੱਸਾਂ ਜਿਹੜੀਆਂ ਨੇ ਵੀ ਕਿਸਾਨ ਯੂਨੀਅਨ ਦੀਆਂ ਭਰੀਆਂ ਆ ਰਹੀਆਂ ਨੇ ਕਿਸੇ ਨੇ ਵੀ ਜਿਹੜਾ ਰੋਕਣ ਦਾ ਯਤਨ ਨਹੀਂ ਕੀਤਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਨਿਰਵਿਘਨ ਅਜੇ ਤੱਕ ਜਿਹੜਾ ਹੈਗਾ ਚੱਲ ਰਿਹਾ ਟ੍ਰੈਫਿਕ ਤੇ ਕਿਸਾਨ ਜਿਹੜੇ ਨੇ ਬੜੇ ਜੋਸ਼ ਦੇ ਵਿੱਚ ਦਿੱਲੀ ਵੱਲ ਨੂੰ ਵੱਧ ਰਹੇ ਤੇ ਸਰਕਾਰ ਪੂਰੀ ਤਰ੍ਹਾਂ ਇਹਨਾਂ ਦੀ ਪਿੱਠ ਦੇ ਉੱਤੇ ਜਿਹੜੀ ਆ ਖਲੋਤੀ ਆ ਤੇ ਪੰਜਾਬ ਪੁਲਿਸ ਬਿਲਕੁਲ ਸਕਾਊਟ ਕਰਦੀ ਵਾਰ ਵਾਰ ਅਸੀਂ ਤੁਹਾਨੂੰ ਦੱਸ ਦਈਏ ਦੋਨੇ ਪਾਸੇ ਪੰਜਾਬ ਪੁਲਿਸ ਦਾ ਜਿਹੜਾ ਜਮਕਟ ਆ ਇਸ ਤਰਫ ਵੀ ਤੇ ਇਸ ਤਰਫ ਵੀ ਦੇਖੋ ਪਰ ਕਿਤੇ ਵੀ ਅਜੇ ਤੱਕ ਕਿਸੇ ਪ੍ਰਕਾਰ ਦਾ ਕੋਈ ਅੜਿੱਕਾ ਜਾਂ ਵਿਘਨ ਜਿਹੜਾ ਹੈਗਾ ਉਹ ਨਹੀਂ ਪੈਦਾ ਕੀਤਾ ਜਾ ਰਿਹਾ ਇਹ ਸੈਵਨਜਾਰਾ ਚੈੱਕ ਪੁਆਇੰਟ ਹੈਗਾ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੀ ਹੱਦ 'ਤੇ ਪੰਜਾਬ ਪੁਲਿਸ ਨੇ ਜਿਹੜੇ ਹੈਗੇ ਨੇ ਉਹ ਟਰੱਕ ਬਿਲਕੁਲ ਰੋਕ ਲਏ ਨੇ ਅਤੇ ਜਿਹੜੀਆਂ ਕਿਸਾਨਾਂ ਦੀਆਂ ਟਰਾਲੀਆਂ ਉਹ ਅਜੇ ਪਿੱਛੇ ਰੁਕੀਆਂ ਨੇ ਸਵੇਰ ਦਾ ਜਿਹੜਾ ਹੈਗਾ ਉਹ ਲੰਗਰ ਪਾਣੀ ਛਕਿਆ ਜਾ ਰਿਹਾ ਤੁਸੀਂ ਬੜੀ ਲੰਬਾ ਜਿਹੜਾ ਦੇਖ ਸਕਦੇ ਹੋ ਵੀ ਸਾਰੇ ਟਰੱਕ ਜਿਹੜੇ ਹੈਗੇ ਨੇ ਉਹ ਪ੍ਰਸ਼ਾਸਨ ਨੇ ਚੌਕਸੀ ਰੱਖਦੇ ਹੋਏ ਰੋਕ ਲਏ ਨੇ ਤਾਂ ਕਿ ਕੋਈ ਜਿਹੜੀ ਹੈਗੀ ਆ ਜਾਮ ਦੀ ਸਮੱਸਿਆ ਨਾ ਆਵੇ ਇਹ ਸਵੇਰ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਤੇ ਜਿਹੜੀਆਂ ਕਾਰਾਂ ਅਤੇ ਛੋਟੇ ਵਹੀਕਲ ਨੇ ਆ ਜੀ ਉਹਨਾਂ ਨੂੰ ਛੂਟ ਦਿੱਤੀ ਗਈ ਆ ਪਰ ਟਰੱਕ ਜਿਹੜੇ ਨੇ ਉਹ ਸਾਈਡ ਦੇ ਉੱਤੇ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਚੌਂਕੀ ਹੈਗੀ ਆ ਸੈਵਨਜਾਰਾ ਚੌਂਕੀ ਪੈਂਦੀ ਆ ਅਤੇ ਥਾਣਾ ਸਦਰ ਰਾਜਪੁਰੇ ਨਾਲ ਇਹ ਅਟੈਚ ਆ ਪਟਿਆਲੇ ਜ਼ਿਲ੍ਹੇ ਦਾ ਅਤੇ ਫਤਿਹਗੜ੍ਹ ਸਾਹਿਬ ਦਾ ਜਿਹੜਾ ਹੈਗਾ ਇਹ ਬਾਰਡਰ ਪੈਂਦਾ ਹੈਗਾ ਇਹ ਤੋਂ ਅੱਗੇ ਹਜੇ ਕਿਸ ਪ੍ਰਕਾਰ ਦੇ ਪ੍ਰਬੰਧ ਹੋਣਗੇ ਉਹ ਅਸੀਂ ਤੁਹਾਨੂੰ ਦਿਖਾਉਣ ਦਾ ਯਤਨ ਕਰਾਂਗੇ ਦੇਖੋ ਕਿਸਾਨ ਯੂਨੀਅਨ ਦੀਆਂ ਗੱਡੀਆਂ ਅਤੇ ਟਰਾਲੀਆਂ ਨੂੰ ਅਜੇ ਤੱਕ ਪੰਜਾਬ ਪੁਲਿਸ ਨੇ ਬਿਲਕੁਲ ਨਹੀਂ ਰੋਕਿਆ ਜਿਨ੍ਹਾਂ ਪਰ ਬੈਨਰ ਲੱਗਿਆ ਝੰਡੀ ਲੱਗੀ ਆ ਅਤੇ ਕਾਰਾਂ ਅਜੇ ਤੱਕ ਨਿਰੰਤਰ ਜਿਹੜੀ ਹੈਗੀ ਆ ਉਹ ਜਾਰੀ ਹੈਗੀ ਆ ਪਰ ਜਿਹੜੇ ਆਮ ਟਰੱਕ ਨੇ ਲੋਡ ਵਾਲੀਆਂ ਗੱਡੀਆਂ ਨੇ ਜਾਂ ਜਿਹੜੇ ਮਾਲ ਇੱਧਰ ਤੋਂ ਉੱਧਰੋਂ ਲੈ ਕੇ ਜਾਂਦੇ ਨੇ ਜਿਨ੍ਹਾਂ ਨੇ ਰੈਲੀ ਨਾਲ ਕੋਈ ਸੰਬੰਧ ਨਹੀਂ ਸੀ ਉਹ ਜਿਹੜੇ ਨੇ ਰੋਕ ਲੈ ਗਏ ਨੇ ਪੰਜਾਬ ਪੁਲਿਸ ਦੇ ਦੁਆਰਾ ਇਹ ਹੁਣ ਜਿਹੜੀ ਕਾਰਵਾਈ ਆ ਕਿਸ ਆਧਾਰ ਦੇ ਉੱਤੇ ਜਾਂ ਤਾਂ ਇਹ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਤਾਂ ਕਿ ਜਿਹੜਾ ਪਿੱਛੇ ਜਾਮ ਨਾ ਲੱਗੇ ਪਰ ਕਿਸਾਨ ਯੂਨੀਅਨ ਨੂੰ ਕਿਤੇ ਵੀ ਅਜੇ ਰੋਕਿਆ ਨਹੀਂ ਜਾ ਰਿਹਾ ਪੰਜਾਬ ਦੀ ਹੱਦ ਦੇ ਅੰਦਰ।